ਪਾਸਟਰ ਜੀ ਇਹ ਸਿਸਟਰ ਇਹਨਾਂ ਦਾ ਨਾਮ ਸੁਮਨਪ੍ਰੀਤ ਕੌਰ ਔਰ ਇਹ ਤਰਨ ਤਾਰਨ ਦੇ ਰਹਿਣ ਵਾਲੇ ਆ ਇਹ ਆਪਣੀ ਗਵਾਈ ਦੇ ਵਿੱਚ ਦੱਸਿਆ ਇਹਨਾਂ ਦੇ ਪੇਟ ਦੇ ਵਿੱਚ ਦੋ ਪੱਥਰੀਆਂ ਸੀ ਇੱਕ ਸਾਲ ਤੋਂ ਇਹ ਸਿਸਟਰ ਨੇ ਬਹੁਤ ਜ਼ਿਆਦਾ ਮੈਡੀਸਿਨ ਖਾਧੀ ਪਰ ਇਹਨਾਂ ਨੂੰ ਕੋਈ ਵੀ ਫਰਕ ਨਹੀਂ ਸੀ ਪੈਂਦਾ ਔਰ ਪਾਸਟਰ ਜੀ ਇਸ ਜਦੋਂ ਤੁਸੀਂ ਲਾਸਟ ਤੋਂ ਲਾਸਟ ਸੰਡੇ ਇਹ ਪ੍ਰੋਫੈਸੀ ਕਰ ਰਹੇ ਸੀ ਕਿ ਪੱਥਰੀਆਂ ਰਸੌਲੀਆਂ ਜਾ ਚੁੱਕੀਆਂ ਯਿਸੂ ਮਸੀਹ ਦੇ ਨਾਮ 'ਚ ਇਹ ਸਿਸਟਰ ਜਦੋਂ ਆਪਣੇ ਘਰੇ ਗਏ ਵਾਸ਼ਰੂਮ ਗਏ ਇਹ ਸਿਸਟਰ ਦੱਸਦੇ ਨੇ ਦੋਨਾਂ ਦੀਆਂ ਦੋਨੇ ਪੱਥਰੀਆਂ ਦੇ ਵਾਸ਼ਰੂਮ ਲਈ ਬਾਹਰ ਆ ਗਿਆ ਇਸ ਗਵਾਈ ਲਈ ਪ੍ਰਭੂ ਯਿਸੂ ਮਸੀਹ ਜੀ ਦਾ ਬਹੁਤ ਸਾਰਾ ਧੰਨਵਾਦ ਕਰਦੇ ਨੇ ਸੁਣੋ ਸੁਣੋ ਇੱਕ ਗਵਾਈ ਨੂੰ ਧਿਆਨ ਬੇਟੀ ਪੱਥਰੀਆਂ ਵੀ ਲੈ ਕੇ ਆਈ ਹੈ ਬੋਲਿਆ ਗਿਆ ਹੈ ਇਸ ਭਵਨ 'ਚ ਜਿੰਨੀਆਂ ਗਵਾਈਆਂ ਬਣਦੀਆਂ ਨੇ ਧਿਆਨ ਨਾਲ ਸੁਣੋ ਕੋਈ ਫੋਟੋ ਨਹੀਂ ਖਿੱਚ ਕੇ ਲੈ ਕੇ ਆਉਂਦਾ ਔਰ ਬੋਲਿਆ ਗਿਆ ਸੀ ਪਿਛਲੀ ਵਾਰ ਐਰਕੀ ਇਹ ਬੱਚੀ ਪੱਥਰੀਆਂ ਨੂੰ ਲੈ ਕੇ ਆਈ ਹੈ ਇਹਨੂੰ ਪ੍ਰਭੂ ਬਲੈਸ ਕਰੇ ਯਿਸੂ ਮਸੀਹ ਧਿਆਨ ਨਾਲ ਸੁਣੋ ਗਵਾਈ ਦੋ ਪੱਥਰੀਆਂ ਸੀ ਜਦੋਂ ਪ੍ਰਾਰਥਨਾ ਹੋਈ ਤਾਂ ਦੋਨੋਂ ਬਾਹਰ ਗਈਆਂ ਇਹ ਘੱਟ ਤਰੀਫ ਹੈ ਚਰਚ ਯਿਸੂ ਨੇ ਸਾਡੀ ਬਾਂਹ ਕਿਹੜੇ ਵਿਸ਼ਵਾਸ ਕਰਦੇ ਆ ਕਿ ਅੱਜ ਸਾਡੀ ਯਿਸੂ ਨੇ ਬਾਂਹ ਫੜੀ ਹੈ ਜਿਹੜੇ ਵਿਸ਼ਵਾਸ ਕਰਦੇ ਹੋ ਅੱਜ ਇੱਥੋਂ ਸੇਮ ਨਹੀਂ ਜਾਣਗੇ ਖੁੱਲ ਕੇ ਮਹਿਮਾ ਸ਼ੋਰ ਨਾਲ ਗਾਉਣ ਆ ਪੱਥਰੀਆਂ ਜੂਮ ਕਰ ਸਕਦੇ ਹੋ ਬਲੈਸ ਕਰੋ ਬਲੈਸ ਕਰਿਓ ਆਮੀਨ